ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰਦਾ ਕਿ ਅਰਦਾਸ ਨਾਲ ਸੰਸਿਆ ਤੋਂ ਮੁਕਤੀ ਦੁਚਿੱਤੀਆਂ ਤੋਂ छुटਕਾਰਾ ਮਾਨਸਿਕ ਸ਼ਾਂਤੀ ਸਮੂਹਿਕ ਭਾਵਨਾ ਦੀ ਪ੍ਰਾਪਤੀ ਅਤੇ ਸਵੈ ਵਿਸ਼ਵਾਸ ਜੁਵਾਦਾ ਹੁੰਦਾ ਹੈ ਅਤੇ ਸਰਬ ਦੇ ਭਲੇ ਵਿੱਚ ਰੁਚਿਤ ਹੋਣ ਦੀ ਪ੍ਰੇਰਣਾ ਮਿਲਦੀ ਹੈ ਨਿਰਸੰਦੇ ਅਰਦਾਸ ਰੱਬ ਨੂੰ ਪਰਮਾਉਣ ਦਾ ਨਹੀਂ ਆਪਣੇ ਆਪ ਨੂੰ ਸਮਝਣ ਦਾ ਯਤਨ ਹੁੰਦਾ ਹੈ ਅਰਦਾਸ ਕੁਝ ਮੰਗਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਜੇ ਕੁਝ ਸਾਨੂੰ ਲੋੜ ਹੈ ਉਹ ਪਰਮਾਤਮਾ ਨੇ ਪਹਿਲਾਂ ਹੀ ਦਿੱਤਾ ਹੋਇਆ ਹੈ ਅਰਦਾਸਾਂ ਹੀ ਮਿਲੇ ਹੋਏ ਦਾ ਧੰਨਵਾਦ ਕਰਨ ਨਾਲ ਮਨ ਖਿੜਦਾ ਹੈ ਹਿੰਮਤ ਵਧਦੀ ਹੈ ਅਤੇ ਸਫਲਤਾ ਮਿਲਦੀ ਹੈ